ਕੱਚੀ ਦੇ ਪਿੰਡ ਵਿੱਚ ਇੱਕ ਹੀ ਘਰ ਹੈਗਾ, ਉਹਦੇ ਵਿੱਚ ਹੀ ਅਸੀਂ ਰੁਕੇ ਹੋਏ ਹਾਂ। ਅਤੇ ਬਾਈ ਹੋਣੀ ਇੱਕ ਬਾਈ ਨਿਕਲ ਗਿਆ ਅੱਗੇ, ਸਾਈਕਲ ਸਮਾਨ ਸਾਈਕਲ ਲੈ ਚੱਲਿਆ, ਸਮਾਨ ਬਾਕੀ ਇੱਥੇ ਛੱਡ ਚੱਲੇ ਹਾਂ। ਚਲੋ ਅੱਗੇ ਵੱਲ ਨੂੰ ਵੱਧਦੇ ਹਾਂ ਸਿਆਚਿਨ ਬੇਸ ਕੈਂਪ ਵੱਲ। ਅਤੇ ਪਿੰਡ ਤੋਂ ਬਾਹਰ ਨਿਕਲਣ ਸਾਰੀ ਸਾਨੂੰ ਬਹੁਤ ਵਧੀਆ ਅਤੇ ਸ਼ਾਂਤਮਈ ਦਰਸ਼ਨ ਹੁੰਦੇ ਨੇ। ਗੁਰਦੁਆਰਾ ਮੰਦਰ ਭੋਲੇਨਾਥ ਦਾ ਸਤਿ ਸਤਿ ਪ੍ਰਣਾਮ ਕਰਕੇ ਅੱਗੇ ਵੱਧ ਚੱਲੇ ਹੁਣ ਸਿਆਚਿਨ ਬੇਸ ਕੈਂਪ। ਬੇਸ ਕੈਂਪ 15 ਕਿਲੋਮੀਟਰ ਰਹਿ ਚੁੱਕਿਆ ਗਾ, 3 ਜਣੇ ਹੋ ਚੁੱਕੇ ਹਾਂ, ਫਿਰ ਕਿਤੇ ਅੱਗੇ ਕਿਤੇ ਗਾਂਹ ਕਿਤੇ ਪਿਛਾਂ। ਬੇਸ ਕੈਂਪ ਰਹਿ ਚੁੱਕਿਆ ਗਾ 12 ਕਿਲੋਮੀਟਰ, ਅਤੇ ਨੌਜਵਾਨ ਭਾਰਤ ਦੇ ਇੱਕ ਦੂਜੇ ਨਾਲ ਖਹਿਮਾ ਖਹਿਮੀ, ਕਿਤੇ ਉਹ ਅੱਗੇ ਕਿਤੇ ਮੈਂ ਪਿੱਛੇ ਵੱਧਦੇ ਜਾਂਦੇ ਹਾਂ। ਇਹ ਵਕਤ ਜਿਹੜਾ ਗਾ ਨਾਲ ਬੀਤ ਰਿਹਾ ਗਾ, ਬਹੁਤ ਮੁਸ਼ਕਲ ਨਾਲ ਮਿਲਣਾ ਵਾਪਸ, ਜਾਂ ਵੀਡੀਓ ਜਾਂ ਬੁੱਢੇ ਹੋਏ ਦੇਖਾਂਗੇ ਵੀ ਆਹ ਵੀ ਕਿਤੇ ਵਕਤ ਵੇਖਿਆ ਸੀਗਾ। ਕੱਚੇ ਪੱਕੇ ਰਾਹਾਂ ਵਿੱਚ ਦੇ ਨੰਘੇ ਸੀ, ਹੱਦਾਂ ਸਰਹੱਦਾਂ ਨੂੰ ਦੇਖਦੇ ਹੋਏ, ਕਮੱਕੜ ਪੰਜਾਬ ਭਾਰਤ ਦੇ ਕੱਚੇ ਹੋਏ। ਸੈਂਸਿਟਿਵ ਇਕੋਲਜੀ ਜ਼ੋਨ ਸਿਆਚਿਨ ਵਾਰੀਅਰਸ, ਸੜਕ ਦੇ ਜਾਂ ਦਰਿਆ ਦੇ ਨਾਲ ਨਾਲ ਤਾਂ ਪਹਾੜ ਬਿਲਕੁਲ ਬਰਫ ਤੋਂ ਬਾਹਰ ਨੇ, ਨੰਗੇ ਨੇ, ਪੀਲੇ ਮਟੀਆਂ ਵਰਗੇ। ਜੇ ਅਸੀਂ ਥੋੜ੍ਹਾ ਜਿਹਾ ਪਰਲੀ ਸਾਈਡ ਦੇਖਦੇ ਹਾਂ, ਸਹੀ ਪਹਾੜਾਂ ਵਾਲੀ ਸਾਈਡ ਗਲੇਸ਼ੀਅਰ 'ਚ, ਤਾਂ ਸਾਨੂੰ ਬਰਫਾਂ ਨਾਲ ਲੱਦੇ ਪਹਾੜ ਹਜੇ ਵੀ ਪੂਰੇ ਦੇ ਪੂਰੇ ਦਿਖਦੇ ਨੇ। ਅਤੇ ਸੜਕ ਕਿਤੇ ਕੱਚੀ ਕਿਤੇ ਪੱਕੀ, ਪਰ ਬਹੁਤ ਵਧੀਆ ਰਸਤਾ। ਬਸ ਥੋੜ੍ਹੀ ਦੂਰ ਆ ਗਏ, 5-6 ਕਿਲੋਮੀਟਰ ਸਿਆਚਿਨ ਬੇਸ ਕੈਂਪ ਤੋਂ। ਦੇਖਦੇ ਹਾਂ ਵਾਰ ਮੈਮੋਰੀਅਲ ਅੱਗੇ ਜਾਣ ਕੇ, ਅਤੇ ਹੋ ਸਕੇ ਤਾਂ ਪਰਮਿਸ਼ਨ ਮੈਂ ਲੱਗੀ ਤਾਂ ਓਪੀ ਬਾਬਾ ਮੰਦਰ ਤੱਕ ਜਾਣ ਦਾ ਸਫ਼ਰ ਤੈਅ ਕਰਾਂਗੇ। ਸ਼ਹੀਦੀ ਸਮਾਰਕ ਇੱਥੋਂ ਦਿਖ ਲੱਗ ਗਿਆ ਗਾ, 2 ਕਿਲੋਮੀਟਰ ਪਿੱਛੇ ਹਾਂ ਹਲੇ ਵਾਰ ਮੈਮੋਰੀਅਲ ਤੋਂ। ਅਤੇ ਰਸਤਾ ਅਤੇ ਪਹਾੜ ਵਾਦੀਆਂ ਬਹੁਤ ਖੂਬਸੂਰਤ ਨੇ, ਇੱਧਰ ਆ ਕੇ ਵਾਕਈ ਪਤਾ ਲੱਗਦਾ ਵੀ ਭਾਈ ਲੇਹ ਲਦਾਖ ਦੇ ਏਰੀਏ 'ਚ, ਲਦਾਖ 'ਚ ਘੁੰਮ ਰਹੇ ਹਾਂ। ਗਰਮੀ ਵੀ ਦੇਖਣ ਨੂੰ ਮਿਲ ਰਹੀ ਆ, ਫੁੱਲ ਬੂਟੇ, ਪਹਾੜ ਖੜਵੇਂ ਸਿੱਧੇ, ਬਰਫ਼ ਵਾਲੇ, ਖਰਾਬ ਮੌਸਮ, ਸਾਫ਼ ਮੌਸਮ, ਸਾਰਾ ਇੱਕ ਦਿਨ 'ਚ ਹੀ ਤੁਹਾਨੂੰ ਵੇਖਣ ਨੂੰ ਮਿਲ ਜੂਗਾ। ਇੱਕ ਦਿਨ 'ਚ ਸਦੀ ਦਾ ਜੇ ਨਜ਼ਾਰਾ ਲੈਣਾ ਤਾਂ ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰਦਾ ਵੀਰੋ ਵੀ ਜ਼ਿੰਦਗੀ ਦਾ ਥੋੜ੍ਹਾ ਜਿਹਾ ਸਮਾਂ ਕੱਢ ਕੇ ਸਿਆਚਿਨ ਵਾਰ ਮੈਮੋਰੀਅਲ ਜ਼ਰੂਰ ਘੁੰਮਿਓ। ਇੱਕ ਦਿਨ 'ਚ ਸਦੀ ਦਾ ਨਜ਼ਾਰਾ ਦੇਖਣ ਨੂੰ ਮਿਲੂਗਾ। ਦੇਖੋ ਇਹ ਲਾਏ ਹੋਏ ਨਹੀਂ, ਪਰ ਕੁਦਰਤ ਦਾ ਕ੍ਰਿਸ਼ਮਾ ਹੈ। ਸਿਆਚਿਨ ਬੇਸ ਕੈਂਪ ਦੇ ਏਰੀਏ 'ਚ ਵੜਦੇ ਸਾਰ ਹੀ ਸਾਨੂੰ ਬਹੁਤ ਸੋਹਣਾ ਝਰਨਾ ਅਤੇ ਆਸ ਪਾਸ ਦਾ ਏਰੀਆ ਬਹੁਤ ਸੋਹਣਾ ਦੇਖਣ ਨੂੰ ਮਿਲਦਾ ਹੈ। ਸਿਆਚਿਨ ਬੇਸ ਕੈਂਪ ਵਿੱਚ ਬੈਟਲ ਫੀਲਡ ਦਾ ਜਿਹੜਾ ਗਾ ਏਰੀਆ ਦਰਸਾਇਆ ਹੋਇਆ ਗਾ, ਇੰਦਰਾ ਕੂਲ, ਸਲਟਰੋ ਰੇਂਜ, ਮੋਰੈਨ ਅਤੇ ਕਾਰਾਕਰਮ ਰੇਂਜ। ਮੈਨੂੰ ਹੋ ਸਕਦਾ ਬੋਲਣ 'ਚ ਗਲਤੀ ਰਹੀ ਰਹਿ ਗਈ ਹੋਵੇ, ਅਤੇ ਇਹ ਸਾਰਾ ਇਲਾਕਾ ਬੇਸ ਕੈਂਪ ਦੇ ਆਸ ਪਾਸ ਦਾ ਗਾ, ਸਿਆਚਿਨ ਵਾਰ ਮੈਮੋਰੀਅਲ ਦਾ, ਓਪੀ ਬਾਬਾ ਦੇਸ਼ ਦੇ ਸ਼ਹੀਦ ਸਰਦਾਰ ਓਮ ਪ੍ਰਕਾਸ਼ ਜੀ ਹੋਏ ਨੇ, ਉਹਨਾਂ ਨੂੰ ਸਸਤ ਸਨਮਾਨ ਕੀਤਾ ਜਾਂਦਾ ਗਾ ਸਿਆਚਿਨ ਵਾਰੀਅਰ ਵੱਲੋਂ, ਜੋ ਫੌਜੀ ਜੀ
ਫੌਜੀ ਵੀਰ ਭਾਈ ਉੱਥੇ ਡਿਊਟੀ ਕਰਨ ਆਉਂਦੇ ਨੇ। ਓਪੀ ਬਾਬਾ ਜੀ ਦੇ ਮੰਦਰ ਨੂੰ ਜਾਂਦੇ ਹੋਏ ਵੈਸੇ ਤਾਂ ਸੜਕ ਵੀ ਹੈਗਾ ਪਰ ਅਸੀਂ ਪੁੱਲ ਦਾ ਆਨੰਦ ਲੈਂਦੇ ਹੈਗੇ। ਥੋੜ੍ਹਾ ਘੱਟਾ ਮੌਸਮ ਖਰਾਬ ਹੋ ਚੱਲਿਆ ਹੈਗਾ ਅਤੇ ਫਿਰ ਵੀ ਠੀਕ ਹੈ ਮਾਹੌਲ। ਪੁੱਲ ਤਾਂ ਬਣਾਇਆ ਵਾ ਜੇ ਪਾਣੀ ਆਉਂਦਾ ਹੋਵੇ ਤਾਂ ਪੁੱਲ ਉੱਤੋਂ ਦੀ ਕਰੋਸ ਕਰ ਸਕਦੇ ਹਾਂ ਆਪਾਂ। ਵਨ ਬਾਏ ਵਨ ਠੀਕ ਹੈ ਫਿਰ ਠੀਕ ਹੈ। ਇਹ ਹਾਲੇ ਤਾਂ ਮੌਸਮ ਠੰਡਾ ਹੈਗਾ ਤਾਂ ਕਰਕੇ ਪਾਣੀ ਨਹੀਂ ਆ ਰਿਹਾ, ਨਹੀਂ ਜ਼ਿਆਦਾਤਰ ਪਾਣੀ ਆਉਂਦਾ ਰਹਿੰਦਾ ਇੱਧਰ। ਲਿਖੇ ਹੋਏ ਤੋਂ ਪਤਾ ਲੱਗਦਾ ਹੈਗਾ ਵੀ ਦੁਨੀਆ ਦਾ ਸਭ ਤੋਂ ਵੱਡਾ ਅਤੇ ਉੱਚਾ ਹਿਮਾਲਿਆ ਰੇਂਜ ਦਾ ਕਾਰਾਕੁਰਮ ਅਤੇ ਬੈਟਲ ਫਾਈਟ ਏਰੀਆ ਸਿਆਚਿਨ ਗਲੇਸ਼ੀਅਰ ਅਤੇ ਟੈਂਪਰੇਚਰ 50 ਤੋਂ 58 ਡਿਗਰੀ ਫਾਰਨਹੀਟ ਮਿੰਟਸ ਤੱਕ ਚਲਾ ਜਾਂਦਾ ਗਾ। ਹਾਂ 35 ਫੁੱਟ ਤੱਕ ਬਰਫ਼ ਚੜ੍ਹ ਜਾਂਦੀ ਉੱਪਰ। ਮੈਨੂੰ ਜ਼ਿਆਦਾ ਇੰਗਲਿਸ਼ ਘੱਟ ਆਉਂਦੀ ਹੈ ਕਿ ਫਿਰ ਵੀ ਮੈਂ ਤੁਹਾਨੂੰ ਦਿਖਾ ਰਿਹਾ ਵੀਰਿਓ। ਅਤੇ ਮਿਊਜ਼ੀਅਮ ਆ ਦਾ ਸਿਆਚਿਨ ਸਾਗਾ ਅਤੇ ਇੱਥੋਂ ਦੀਆਂ ਫੁੱਲ ਪੱਤੀਆਂ ਉਹਨਾਂ ਬਾਰੇ ਥੋੜ੍ਹਾ ਕਹਿੰਦਾ ਲਿਖਿਆ ਹੋਇਆ ਹੈਗਾ। ਥੋੜ੍ਹਾ ਕਹਿੰਦਾ ਮਿਊਜ਼ੀਅਮ ਵੱਲ ਸਿਆਚਿਨ ਬਾਰੇ ਕੁਛ ਇਤਿਹਾਸਿਕ ਜਾਂ ਸਹੀ ਤੱਥ ਲਿਖੇ ਹੋਏ ਨੇ ਅਤੇ ਵਾਰ ਮੈਮੋ। ਸਿਆਚਿਨ ਗਲੇਸ਼ੀਅਰ ਦਾ ਕੁਛ ਇਲਾਕਾ ਚਾਈਨਾ 'ਚ ਹੈਗਾ, ਕੁਛ ਪਾਕਿਸਤਾਨ 'ਚ ਜਿਵੇਂ ਕਿ ਕੇ2 ਅਤੇ ਕੁਛ ਪਹਾੜੀਆਂ। ਕੇ2 ਦਾ ਕੁਛ ਇਲਾਕਾ ਭਾਰਤ 'ਚ ਆ, ਕੁਛ ਪਾਕਿਸਤਾਨ 'ਚ ਆ। ਅਤੇ ਟਰੈਕਿੰਗ ਇਸ ਦੀ ਦੋਵੇਂ ਦੇਸ਼ਾਂ ਤੋਂ ਪਰਮਿਸ਼ਨ ਲੈ ਕੇ ਫਿਰ ਹੁੰਦੀ ਹੈਗੀ ਅਤੇ ਪਰਮਿਟ ਤੋਂ ਬਿਨਾਂ ਅੱਗੇ ਨਹੀਂ ਜਾ ਸਕਦੇ ਗੇ। ਤੁਰਤੁਕ ਤਿਆਕਸ਼ੀ ਅਤੇ ਥਾਂਗ ਵਾਲਾ ਏਰੀਆ ਰਹਿ ਜਾਂਦਾ ਇੱਧਰ ਨੂੰ। ਪ੍ਰਤਾਪਪੁਰ ਡਿਸਟ੍ਰਿਕ ਸਮਰ ਸੁਸਮਾ ਵਾਰਸ਼ੀ ਬੇਸ ਕੈਂਪ ਅਤੇ ਉਹ ਵਾਲਾ ਆਪਾਂ ਨੂੰ ਹਜੇ ਦਿਖਾਈ ਜਾਂਦਾ। ਕੇ ਪਾਸ ਤਰਮ ਕਾਂਗਰੀ ਤੁਰਕਿਸਤਾਨ ਲਾ ਇੰਦਰਾ ਕੋਲ ਸਿਆਹ ਕਾਂਗਰੀ ਕੇ2 ਜਿਹੜੇ ਕਿ ਆਪਾਂ ਨੂੰ ਦਿਖਾਈ ਨਹੀਂ ਜਾਂਦੇ ਹਾਲੇ ਤੱਕ। ਅਤੇ ਢੂਲੇ 113 ਕਿਲੋਮੀਟਰ ਹੈਗਾ। ਠੀਕ ਹੈ ਫਿਲਹਾਲ ਆਪਾਂ ਖੜ੍ਹੇ ਹੈਗੇ ਬੇਸ ਕੈਂਪ ਉਹ ਵਿਚਾਲੇ ਆ ਜਿਹੜਾ ਇੱਥੇ ਖੜ੍ਹੇ ਹੈਗੇ। ਇਹ ਦੁਗਾਂ ਅਸੀਂ ਪਰਮਿਟ ਬਣਵਾਉਣਾ ਪੈਂਦਾ ਗਾ ਜੋ ਕਿ ਬਣਦਾ ਗਾ ਪ੍ਰਤਾਪਪੁਰ ਬੇਸ ਕੈਂਪ ਤੋਂ। ਡਿਸਟ੍ਰਿਕਟ 'ਚੋਂ ਤੋਂ ਜਾਣਾ ਪੈਂਦਾ ਹੁੰਦਰ ਤੋਂ ਹੁੰਦੇ ਹੋਏ ਪ੍ਰਤਾਪਪੁਰ ਇੱਥੇ, ਫਿਰ ਇਹ ਬੇਸ ਕੈਂਪ ਤੱਕ ਆਪਾਂ ਰੀਚ ਕਰ ਸਕਦੇ ਹਾਂ ਉਸ ਪਰਮਿਟ ਰਾਹੀਂ। ਨਹੀਂ ਤਾਂ ਅਸੀਂ ਇੱਥੇ ਓਪੀ ਬਾਬਾ ਨਾਥ ਮੰਦਰ ਤੱਕ ਪਹੁੰਚ ਸਕਦੇ ਹਾਂ ਅਤੇ ਵਾਰ ਮੈਮੋਰੀਅਲ ਦੇਖ ਸਕਦੇ ਹਾਂ, ਸਿਆਚਿਨ ਦਾ ਵਰਲਡ ਹਾਈਐਸਟ ਬੈਟਲ ਫੀਲਡ ਬਣਿਆ ਸੀਗਾ। ਅਤੇ ਇਹ ਵਾਲਾ ਏਰੀਆ ਲੋਕਾਂ ਵਾਸਤੇ ਜਾਂ ਪਬਲਿਕ ਵਾਸਤੇ ਘੁੰਮਣ ਵਾਲਿਆਂ ਵਾਸਤੇ ਇੱਥੋਂ ਤੱਕ 2019 ਵਿੱਚ ਖੁੱਲ੍ਹਿਆ ਸੀਗਾ। ਅਤੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਇੰਡੀਅਨ ਆਰਮੀ ਫਲੈਗ ਕੇ2 102 ਕਿਲੋਮੀਟਰ ਹਜੇ ਹੋਰ ਅੱਗੇ ਹੈਗੀ, ਇੱਥੋਂ ਵਿਊ ਪੁਆਇੰਟ ਨਹੀਂ ਦਿਖਦਾ ਗਾ, ਗਲਤੀ ਮਾਫ ਸਿਆਹ ਕਾਂਗਰੀ 58 ਕਿਲੋਮੀਟਰ ਇੱਥੋਂ। ਫਿਲਹਾਲ ਆਪਾਂ ਬੇਸ ਕੈਂਪ ਇੱਥੇ ਹੈਗੇ ਇਸ ਜਗ੍ਹਾ 'ਤੇ ਹੈਗੇ, ਹਜੇ ਹੋਰ ਅੱਗੇ ਜਾਣ 'ਤੇ ਫਿਰ ਥੋੜ੍ਹਾ ਕਹਿੰਦਾ ਭਾਗ ਕੇ2 ਦਾ ਦਿਖ ਸਕਦਾ। ਇੰਦਰਾ ਕੋਲ 70 ਕਿਲੋਮੀਟਰ ਆ ਸਿੱਧੀ, ਇਹ ਦਿਸ਼ਾਵਾਂ ਵੀ ਦਿੱਤੀਆਂ ਵਾ ਇੱਧਰਲੀ ਸਾਈਡ, ਸਿਆਹ ਕਾਂਗਰੀ ਸਿੱਧਾ, ਕੇ2 ਇੱਧਰਲੀ ਸਾਈਡ ਦਿਖਦੀ ਹੈਗੀ। ਅਤੇ ਗਿਲਗਿਟ 27 ਕਿਲੋਮੀਟਰ ਆ ਇੱਧਰਲੀ ਸਾਈਡ ਆਫ ਰੋਡ, ਆਰਮੀ ਜਾਂ ਹੋਰ ਕੋਈ ਕੰਮ ਦੁਨੀਆ ਭਰ ਦੇ ਜਿਹੜੇ ਕੰਮ ਯੋਧੇ ਨੇ ਉਹੀ ਜਾ ਸਕਦੇ ਆ। ਅਤੇ ਚਾਈਨਾ ਬਾਰਡਰ
45 ਕਿਲੋਮੀਟਰ ਆ ਇੱਧਰਲੀ ਸਾਈਡ। ਬਹੁਤ ਵਧੀਆ ਲੱਗਿਆ ਅੱਜ ਜਾਣਕਾਰੀ। ਅਤੇ NJ 25 ਕਿਲੋਮੀਟਰ ਆ 98-42 NJ 98-42 ਇੱਧਰਲੀ ਸਾਈਡ ਆ 25 ਕਿਲੋਮੀਟਰ। ਕਲੋਜ ਕਿ ਆ ਜੀ ਓਪੀ ਬਾਬਾ ਮੰਦਰ। ਬਹੁਤ ਸ਼ਾਂਤਮਈ ਅਤੇ ਦੁਨੀਆ ਭਰ ਦੇ ਗ੍ਰਿਫਚ ਕਰਦੇ ਕੰਮ ਯੋਧੇ ਸਾਡੇ, ਅਤੇ ਮੈਂ ਵੀ ਇਹਨਾਂ 'ਚੋਂ ਹੀ ਇੱਕ ਹਾਂਗਾ। ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਜੀ। ਓਪੀ ਬਾਬਾ ਸ਼੍ਰੀ ਓਮ ਪ੍ਰਕਾਸ਼ ਜੀ ਸ਼ਹੀਦ, ਸਾਡੇ ਦੇਸ਼ ਦੇ ਇਕਲੌਤੇ ਅਤੇ ਮਹੱਤਵਪੂਰਨ ਸ਼ਹੀਦ ਓਮ ਪ੍ਰਕਾਸ਼ ਜੀ ਬਾਬਾ ਜੀ ਦੀ ਆਰਤੀ। ਫੋਨ ਨਹੀਂ ਚੱਕ ਰਿਹਾ ਹੈਗਾ, ਸੋਰੀ। ਅਤੇ ਸਾਰੇ ਧਰਮਾਂ ਦੀਆਂ ਦੇਵੀ ਦੇਵਤਿਆਂ ਦੀਆਂ ਆਰਤੀਆਂ, ਮੂਰਤੀਆਂ ਅਤੇ ਸ਼੍ਰੀ ਦੇਸ਼ ਦੇ ਸ਼ਹੀਦ ਓਮ ਪ੍ਰਕਾਸ਼ ਬਾਬਾ ਜੀ ਜੋ ਕਿ ਇੱਥੇ ਵਾਸੀ ਹਨ, ਹਾਲੇ ਵੀ ਮਾਨਤਾ ਅਤੇ ਦਰਬਾਰ ਸਾਹਿਬ ਅਤੇ ਥੋੜ੍ਹੀਆਂ ਥੋੜ੍ਹੀਆਂ ਆਰਤੀਆਂ ਅਤੇ ਸਵਈਏ ਹਰ ਧਰਮ ਦੇ ਲਿਖੇ ਹੋਏ ਨੇ। ਬਹੁਤ ਸੋਹਣਾ ਅਤੇ ਬਰਾਬਰ ਧਰਮਾਂ ਨੂੰ ਮਾਨਤਾ ਦਿੱਤੀ ਗਈ ਆ। ਆਰਤੀ ਸ਼੍ਰੀ ਜਗਦੀਸ਼ ਜੀ ਕੀ, ਸਵਈਏ ਅਤੇ ਓਪੀ ਬਾਬਾ ਜੀ ਕੀ ਆਰਤੀ। ਓਮ ਜੈ ਓਪੀ ਬਾਬਾ, ਸਵਾਮੀ ਜੈ ਓਪੀ ਬਾਬਾ। ਸਾਰੇ ਧਰਮਾਂ ਦੀਆਂ ਤਸਵੀਰਾਂ, ਫੋਟੋਆਂ ਜੋ ਮਾਨਤਾ ਨੇ ਧਿਆਨ ਨੇ। ਓਨਰੀ ਕੈਪਟਨ ਓਮ ਪ੍ਰਕਾਸ਼ ਬਾਬਾ ਜੀ ਸ਼ਰਨ ਹੈਜ਼ ਇਟਸ ਓਰੀਜਿਨੇਟ ਮੁੱਲਨ ਪੋਸਟ ਆਫ ਬਿੱਲਾ ਕੰਪਲੈਕਸ ਇਨ ਨਾਦਰਨ ਸਿਆਚਿਨ ਗਲੇਸ਼ੀਅਰ। ਦੁਖਾ ਮੈਨੂੰ ਜ਼ਿਆਦਾ ਪੜ੍ਹਨਾ ਨਹੀਂ ਆ ਰਿਹਾ ਹੈਗਾ। ਉਸ ਬਾਰੇ ਸ਼੍ਰੀ ਹਨੂੰਮਾਨ ਚਾਲੀਸਾ, ਗੁਰੂ ਨਾਨਕ ਦੇਵ ਜੀ ਦੀ ਤਸਵੀਰ ਅਤੇ ਉਹ ਕਿਹੜੀ ਬਟਾਲੀਅਨ ਅਤੇ ਕਿਸ ਦੁਆਰਾ ਭੇਟਾ ਕੀਤੀ ਗਈ ਹੈ, ਸਾਰੀਆਂ ਦਰਜ ਨੇ। ਬਹੁਤ ਸੋਹਣਾ ਅਤੇ ਵਧੀਆ ਸਕੂਨ ਮਿਲਦਾ। ਜੈ ਓਪੀ ਬਾਬਾ। ਚਲੋ ਵਾਹਿਗੁਰੂ ਤਾਂ ਗਏ ਬਾਬਾ ਜੀ ਮੰਦਰ ਤੱਕ ਅਤੇ ਵਾਰ ਮੈਮੋਰੀਅਲ। ਚਲੋ ਇਤਿਹਾਸ ਬੋਲਦਾ ਗਾ, ਜਿਨ੍ਹਾਂ ਨੇ ਕੁਛ ਕਰਨਾ ਉਹ ਅੱਗੇ ਵੱਧਦੇ ਰਹਿੰਦੇ ਨੇ। ਸਾਹਮਣੇ ਜੋ ਪਹਾੜ ਗਲੇਸ਼ੀਅਰ ਦੇਖ ਰਹੇ ਹੋ, ਇਹ ਦੁਗਾਂ ਕਾਲੀ ਬਰਫ ਜਮ੍ਹਾਂ ਗਲੀ ਹੋਈ ਅਤੇ ਠੋਸ ਪੱਥਰ ਹਾਲਤ 'ਚ ਮਿਲਦੀ ਆ। ਇੱਧਰਲੀ ਸਾਈਡ ਪਾਕਿਸਤਾਨ ਬਾਰਡਰ, ਸਾਹਮਣੇ ਜਾਂਦੇ ਹਾਂ ਬਿਲਕੁਲ ਅਫਗਾਨਿਸਤਾਨ ਬਾਰਡਰ, ਅਤੇ ਇੱਧਰਲੀ ਸਾਈਡ ਚਾਈਨਾ ਬਾਰਡਰ ਦੇਖ ਸਕਦੇ ਹਾਂ ਅੱਗੇ ਜਾ ਕੇ।
ਆਉਣ ਵਾਲੇ ਸਮੇਂ 'ਚ ਹੋ ਸਕਦਾ ਫੁਲਮਾ ਸਕੀਏ। ਅਤੇ ਵਾਰ ਮੈਮੋਰੀਅਲ ਦਾ ਝਾਕਾ ਵਾਕਾ ਥੋੜ੍ਹਾ ਜਿਹਾ ਐਂ ਸੀਗਾ, ਜਦੋਂ ਅਸੀਂ ਇੱਥੇ ਪਹੁੰਚੇ ਤਾਂ ਸਾਨੂੰ ਬਹੁਤ ਕੁਛ ਨਵਾਂ ਸਿੱਖਣ ਨੂੰ ਮਿਲਿਆ ਵਾਰ ਮੈਮੋਰੀਅਲ 'ਚ। ਘਟਾਓ ਦਰਜਾ 60 ਡਿਗਰੀ ਤੱਕ ਪਹੁੰਚਣ ਵਾਲੇ ਤਾਪਮਾਨ ਤੱਕ ਰਹਿਣਾ ਪੈਂਦਾ ਗਾ ਅਤੇ ਜਿਉਣਾ ਪੈਂਦਾ ਅਤੇ ਦੇਸ਼ ਲਈ ਸੁਰੱਖਿਆ ਕਰਨੀ ਪੈਂਦੀ ਹੈ। ਅਤੇ ਇੱਥੋਂ ਵਾਸ਼ੀ 17 ਕਿਲੋਮੀਟਰ ਰਹਿ ਜਾਂਦਾ ਗਾ। ਬਰਫ਼ 'ਤੇ ਚੱਲਣ ਵਾਲੀਆਂ ਗੱਡੀਆਂ ਕਹਿ ਸਕਦੇ ਹਾਂ ਆਪਾਂ, ਫਿਲਹਾਲ ਤਾਂ ਖਸਤਾ ਤਾਂ ਫੋਟੋ ਵਗੈਰਾ ਖਿਚਾ ਸਕਦੇ ਹਾਂ। ਅਤੇ ਵਾਪਸੀ ਪਹੁੰਚੀ 'ਚ ਲਓ ਜੀ ਉਸੇ ਮੰਦਰ 'ਚ ਵਾਪਸ ਉੱਥੋਂ ਗਏ ਸੀ। ਅਤੇ ਘਰ ਆ ਜਿੱਥੇ ਰੁਕੇ ਹੋਏ ਹਾਂ। ਪਸ਼ੂ ਵੱਧ ਰੱਖੇ ਹੋਏ ਨੇ ਤਾਂਹੀਓ ਘਾਹ ਵੱਧ ਲਾਇਆ ਹੋਇਆ ਇਹਨਾਂ, ਅਤੇ ਇਲਾਕਾ ਕਾਫੀ ਹੈ ਇਹਨਾਂ ਕੋਲ, ਲਗਭਗ 2-3 ਕਿੱਲੇ ਹੋਣਗੇ, 2-3-5 ਕਿੱਲਿਆਂ ਦੇ ਆਸੇ ਪਾਸ ਹੋਊ ਹੋਊਗਾ ਇਹਨਾਂ ਕੋਲ ਕਵਰ ਕੀਤਾ ਹੋਇਆ। ਅਤੇ ਸਬਜ਼ੀ ਵਜੋਂ ਦੇਖੋ ਖੁੰਬਾਂ ਲਾ ਰਹੇ, ਬਹੁਤ ਜ਼ਬਰਦਸਤ ਘਾਹ ਵਿੱਚ ਥਾਂ ਥਾਂ 'ਤੇ, ਐਂ ਨਹੀਂ ਪਤਾ ਲਾਈਆਂ ਹੋਈਆਂ ਜਾਂ ਪੁੰਗਰੀਆਂ ਹੋਈਆਂ ਨੇ, ਪਰ ਸਬਜ਼ੀ ਬਣਾਉਂਦੇ ਨੇ। ਜਿਹੜਾ ਮੈਨੂੰ ਦੂਰੋਂ ਦਿਖ ਰਿਹਾ ਸੀਗਾ ਬਈ ਘਾਹ ਲਾ ਰੱਖਿਆ ਗਾ, ਮਟਰ ਲਾਏ ਹੋਏ ਨੇ ਲਗਭਗ 20, ਬੂਰ ਪੈ ਚੱਲਿਆ, ਫੁੱਲ ਰਹੇ ਨੇ ਅਤੇ ਇਦੂ ਬਾਅਦ ਫਲ ਲੱਗੂਗਾ। ਖੇਤੀਬਾੜੀ ਇਹਨਾਂ ਕੋਲ ਆਪਦਾ ਸੰਦਾ ਹੈ ਨਹੀਂ ਗਾ, ਟਰੈਕਟਰ ਜਾਂ ਹੋਰ ਸੰਦ ਮੰਗ ਕੇ ਲਿਆਉਂਦੇ ਨੇ ਜਾਂ ਕਿਰਾਏ 'ਤੇ ਲਿਆਉਂਦੇ ਨੇ। ਪੁੱਛਿਆ ਸੀਗਾ ਮੈਂ ਆਂਟੀ ਤੋਂ, ਜ਼ਿਆਦਾਤਰ ਕੰਮ ਆਂਟੀ ਹੀ ਕਰਦੀ ਹੈਗੀ ਖੇਤੀ ਦਾ, ਅੰਕਲ ਜੀ ਡਰਾਈਵਰ ਅਤੇ ਹੋਰ ਆਪਣੇ ਕਹੀ ਹੁੰਦੀ ਹੈਗੀ ਇਹਨਾਂ ਦੇ ਖੁਰਪਾ ਜਾਏ ਪਾਣੀ ਲਾਉਣ ਵਾਲਾ, ਮਿੱਟੀ ਐਂ ਗੱਡ ਕੇ ਪੱਟ ਕੇ ਅਤੇ ਰਾਹ ਪਾਣੀ ਦਾ ਬਣ ਜਾਂਦਾ। ਘਾਹ ਵੱਢਣ ਵਾਲੀ ਦਾਤੀ ਅਤੇ ਦੇਖਦੇ ਅੰਦਰ ਸਬਜ਼ੀਆਂ ਲਾਈਆਂ ਹੋਈਆਂ ਨੇ ਸ਼ੈੱਡ ਇੱਥੇ ਵੀ। ਸੂਪ ਲਿਆਂਦੇ ਸੀਗੇ ਇਹ ਵਿੱਚ ਪਾ ਲਏ, ਇੱਕ ਮੈਗੀ ਨੂਡਲ ਪਾ ਲਏ ਵਿੱਚ, ਅਤੇ ਅਚਾਰ ਪਿਆ ਸੀ ਉਹ ਵਿੱਚ ਘੋਲ ਲਿਆ, ਅਤੇ ਥੋੜ੍ਹਾ ਲੂਣ ਮਿਰਚ ਪਾ ਕੇ ਇਹ ਲੱਗ ਰਿਹਾ ਗਾ ਹੁਣ ਵਿਹਨੇ ਖਾ ਕੇ ਕੀ ਮਾਹੌਲ ਹੈਗਾ। ਇਹ ਵਾਰਚੀ ਵਿੱਚ ਰੁਕੇ ਹੋਏ ਦੇਖਦੇ ਹਾਂ, ਕੱਪੜੇ ਧੋਤੇ ਹੋਏ ਨੇ ਉਹ ਸੁਕਾ ਕੇ ਥੋੜ੍ਹੇ ਫੋਨ ਫਾਨ ਚਾਰਜ ਕਰਕੇ ਬੈਟਰੀਆਂ ਚਾਰਜ, ਫਿਰ ਅੱਗੇ ਵੱਲ ਚਾਲੇ ਪਾਵਾਂਗੇ। ਫਿਲਹਾਲ ਇਹ ਚੱਲ ਰਿਹਾ ਖਾਣ ਪਾਣ, 2 ਦਿਨ ਤੋਂ ਆਂਟੀ ਹੋਰਾਂ ਤੋਂ ਖਾ ਰਹੇ ਸੀ, ਮੈਂ ਕਿਹਾ ਚੱਲ ਅੱਜ ਆਪ ਬਣਾਉਣੇ ਆ, ਵਧੀਆ ਹੈਗਾ ਵੇਖਣ 'ਚ ਵੀ ਵਧੀਆ ਅਤੇ ਠੀਕ ਲੱਗ ਰਿਹਾ। ਭੈਣ ਜੀ ਇਹਦਾ ਨਾਮ ਕੀ ਹੈਗਾ? ਠੀਕ ਹੈ ਫੁੱਪਾ, ਠੀਕ ਹੈ ਫੁੱਪਾ। ਅਤੇ ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਾਲੇ ਬਾਈ ਅੱਜ ਸਾਡੇ ਤੋਂ ਲੈਣਗੇ ਇਜਾਜ਼ਤ, ਮੈਂ ਇੱਥੇ ਹੀ ਰੁਕੂੰਗਾ। ਅਤੇ ਬਾਈ ਆਪਣਾ
ਦੇਸ਼ ਭਰ ਦਾ ਕੰਮ ਉਹਦਾ, ਅਤੇ ਸਮਾਨ ਪੈਕ ਕਰੀਏ ਤਾਂ ਪਈ ਹੋਣੀ। ਚਲੋ ਵਧੀਆ। ਸਾਹਮਣੇ ਝਾਰਖੰਡ ਤੋਂ ਆਏ ਹੋਏ ਵੀਰ ਇੱਥੇ ਕੰਮ ਕਰਦੇ ਨੇ ਰੋਡ 'ਤੇ, ਅਤੇ ਸ਼ਾਮ ਦਾ ਵੇਲਾ ਬਹੁਤ ਸੋਹਣਾ ਵਰਛੀ ਪਿੰਡ ਦਾ। ਇੱਧਰਲੀ ਸਾਈਡ ਬਾਰਡਰ ਵਾਲੀ ਸਾਈਡ ਸਿਆਚਿਨ ਨੂੰ ਗਲੇਸ਼ੀਅਰ ਵਾਲੀ ਸਾਈਡ ਵਰਛੀ ਅਖੀਰਲਾ ਪਿੰਡ ਆ, ਅਤੇ ਜਿਵੇਂ ਉੱਧਰ ਥਾਂਗ ਹੈਗਾ ਪਰ ਥਾਂਗ ਤੋਂ ਅਸੀਂ ਬਾਰਡਰ ਦੇਖ ਸਕਦੇ ਹਾਂ ਦੂਰਬੀਨ ਰਾਹੀਂ ਜਾਂ ਨੰਗੀ ਅੱਖ ਨਾਲ, ਪਰ ਵਰਛੀ ਤੋਂ ਸਿਆਚਿਨ ਗਲੇਸ਼ੀਅਰ ਵਾਰ ਮੈਮੋਰੀਅਲ ਤੱਕ ਜਾ ਸਕਦੇ ਹਾਂ ਕਿ ਦੁਗਾਂ ਅਸੀਂ ਨਾ ਤਾਂ ਬਾਰਡਰ ਦੇਖ ਸਕਦੇ ਹਾਂ, ਅਤੇ ਪਰਮਿਟ ਹੋਵੇ ਤਾਂ ਬੇਸ ਕੈਂਪ ਦੇਖ ਸਕਦੇ ਹਾਂ। ਨਹੀਂ ਨਹੀਂ ਚਲੋ।